पता नहीं समझ तो बाहर है, सौरी ने पता नहीं क्यों इन्ना बीपी जब बधाई बैठी सी आपका, पता नहीं तो कोई माड़ी मोटी ना जा उसमें लड़ाई होगी ना ही वो भरजाई जी ढंग ना बोली, वो भी इक्केदम ही आ गई फोन जा करे तो पता नहीं ला माड़ी जी गल पिछे इन्ना गुस्सा कर गई। कपड़िया कुपड़िया का की है तो मैं आप ही धोंदा रहा समझो बाहर होगी कहानी, ना ही कोई दस्या ढंग भी की गल है की ना कहते उ ना वरिंदर कोई पुठी पट्टी पढ़ा देनी है ता ही तो इन्होंने गलों तो डर लगता रहा आप नहीं ब्याह कराया इसे करके हो चल देख लिया की बनता है बना। मेरी गल सुन टीवी देखी इन्हें बाई कितने गया बाई खेत ही गया हूं डीसी लगे और उन्हें कितने जाना बागे खेत वरिंदर हां सच में पढ़ा स्टीफन खेत वग गया फिर हूं पता लग जाता ना पहले तो तू औखी बोली मैं सुनी जाती सारा कुछ सारा कुछ ठीक करके जाऊंगी चिंता ना कर तू चल चाह पी ला चुप कर और फटाफट पे वेली ना गल टीवी देख ला मेरा तो जी नहीं करता हूं जाने ने मेरी तो ब्याह भी नहीं सद्या आप ही आवा पर जो आपके भरा भरजाई नहीं रहे वे राज ते किथे है बीबी जी सत श्रीकाल पछाणिया ने थोनू का कहना कौन ने सत श्रीकाल भाई सत श्रीकाल बीबी कौन है तुसी जो बुला मेनू बुलाई नी चल बुला मेनू पता लगता चल कोई नी गुस्सा ना करो जी बीबी जी मैं दस दी थोनू बस काली काली च ना उदो चुन्नी चढ़ावा जा कर लिया ता करके रिश्तेदार नूं फिर सद्या नहीं गया हुण इन्हां तों। चाह मैं पा ले उड़ी बनी पी जे मत दित्ती हो किसे नु फेर चाह बनाऊगी ओ भी किन्ना कुछ कहंदी चाह बनी पी बस मैं पा के ले आ दंदी क्यों मैं बेही जा रहूंगी खबर तू केड़े बयान दी करी होगी हो चाह ओके मैं चाह पा ले उनी है ताजी बना ले कोई ना बुआ जी मैं ता दूध च पत्ती पा लेनी है इस कर दी मैं कुड़ी है कुड़ी बढ़िया चाह मैंने पता लग गया बढ़िया चाह बना के ल्याऊंगी देखो किन्ना बोलदी है मेरी का सुनती नहीं आप दे विचराम कोड़ा दबली फिर दी है कोई नहीं बीबी तुसी गुस्सा ना करो बहुत सियाणी हैगी मेरी नणद
ਇਹ ਤਾਂ ਨਾ ਹੁਣੀ ਲੱਗਦੀ ਆ ਤੁਹਾਨੂੰ, ਦੋ ਦਿਨਾਂ ਚ ਤੁਹਾਡੇ ਨਾਲ ਹੀ ਕੋਲ ਮਿਲ ਜੂਗੀ। ਬਸ ਵਾ ਚੰਗਾ ਇਹਦਾ ਤਾਂ, ਮੱਤ ਤਾਂ ਭੈਣੇ ਇਹਨੂੰ ਕਿਸੇ ਨੇ ਦਿੱਤੀ ਨਹੀਂ। ਨਹੀਂ ਨਹੀਂ ਮੱਤ ਅੱਜ ਤਾਂ ਕਿਹੜੀ ਗੱਲ ਹੈਗੀ, ਬਸ ਛੋਟੇ ਛੋਟੇ ਸੀ ਇਹ, ਮੰਮੀ ਡੈਡੀ ਮਰ ਗਏ ਸੀਗੇ, ਇਹ ਦੁਆਦੇ ਦੇ ਭਰਾ ਦੀ ਵੀ ਡੈਥ ਹੋ ਗਈ ਸੀ ਤਾਂ ਅਸੀਂ ਨਣਦ ਭਰਜਾਈ ਸੀਗੀਆਂ ਇਕੱਲੀਆਂ। ਅੱਛਾ, ਫਿਰ ਮਾਵਾਂ ਵਾਜਾਂ ਕੌਣ ਮੱਤਾਂ ਦੇਵੇ, ਭਰਜਾਈਆਂ ਤਾਂ ਅਜਿਹੀਆਂ ਹੀ ਆਪ ਹੁੰਦੀਆਂ ਨੇ, ਉਹੀ ਜਿਹੀਆਂ ਮੱਤਾਂ ਦੇ ਜਾਂਦੀਆਂ ਨੇ। ਨਾਲੇ ਚੱਲ ਮੇਰਾ ਭਤੀਜਾ ਵੀ ਵੱਡਾ ਵਿਚਾਰਾ ਛੱਡਿਆ ਹੀ ਆ, ਉਹਦਾ ਹੋਇਆ ਨਹੀਂ ਵਿਆਹ, ਚੱਲ ਤੂੰ ਇੱਥੇ ਹੀ ਰਹੀ। ਚੱਲ ਭੂਆ ਜੀ, ਤੁਹਾਡੀ ਮਜ਼ਾਕ ਦੀ ਆਦਤ ਆ ਉਹ ਕੋਈ ਗੱਲ ਨਹੀਂ, ਤੁਸੀਂ ਚਾਹ ਪੀਓ। ਹਾਂ ਲਓ ਭੂਆ ਜੀ ਚਾਹ। ਲੈ ਕੱਪ ਚ ਚੱਕ ਲੈ ਚਾਹ, ਮੈਂ ਕੱਪ ਚ ਪੀਊਗੀ। ਹੋਰ ਹੁਣ ਭਾਬੀ ਕਾਹ ਚ ਪੀਊਗੀ, ਮੈਂ ਕੱਪ ਚ ਹੀ ਫੜਾਉਣੀ ਆਏ ਗਏ ਉਹਨੂੰ ਚਾਹ। ਤੂੰ ਫੜਾਉਣੀ ਆ ਕੱਪੀਆਂ ਜੇ ਚੱਕ ਲੈਂਦੇ, ਤੁਹਾਨੂੰ ਮਿੱਠੇ ਫਿੱਕੇ ਦਾ ਵੀ ਨਹੀਂ ਪਤਾ ਲੱਗਦਾ, ਬਾਟੀ ਚ ਲਿਆ ਪਾ ਕੇ। ਬਾਟੀ ਚ ਪਾ ਲਿਆ, ਬਾਟੀ ਚ ਜਿਹੋ ਜਿਹਾ ਬੰਦਾ ਹੁੰਦਾ ਉਹ ਜੀ ਫੜਾਈ ਦੀ ਹੁੰਦੀ ਹੈ। ਦੇਸੀ ਬੁੜੀ ਆ ਮੈਂ ਦੇਸੀ, ਬਾਟੀ ਚ ਚਾਹ ਮੈਨੂੰ ਫੜਾਓ, ਆ ਕੱਪੀਆਂ ਚ ਤੁਸੀਂ ਪੀ ਜਾਓ, ਇਹ ਜੂਠੀਆਂ ਕੂਠੀਆਂ ਚੱਜਣਾ ਨਾ ਕੋਈ ਧੋਤੀਆਂ ਜਾਣ ਨਾ ਵਾਸਤਾ। ਕੋਈ ਗੱਲ ਨਹੀਂ ਭੂਆ ਜੀ, ਬਾਟੀ ਚ ਲੈ ਆਉਂਦੇ ਨੇ। ਨਹੀਂ ਉਹ ਤਾਂ ਲਿਆਉਂਦੀ ਬਾਟੀ 'ਚ, ਪਹਿਲਾਂ ਤਾਂ ਮੈਨੂੰ ਇਹਨਾਂ 'ਤੇ ਗੁੱਸਾ ਚੜ੍ਹੀ ਜਾਂਦਾ ਆਪਦੇ ਭਤੀਜਾ 'ਤੇ ਵੀ ਮੇਰੇ ਪਿਓ ਦੇ ਸਾਲਿਆਂ ਨੇ ਮੈਨੂੰ ਨਹੀਂ ਬੁਲਾਇਆ, ਵੀ ਸਿਆਣੀ ਬੁੜੀ ਹੈ ਵੀ ਤੁਸੀਂ ਬੁਲਾ ਲਓ ਨਾ ਮਹੀਨਾ ਵੀ ਦਿਨ, ਮੈਂ ਇਲਾਜ ਆ ਮੇਰਾ ਪਾਸਾ ਥੱਲਿਆ ਜਾਵੇ। ਚੱਲ ਕੋਈ ਗੱਲ ਨਹੀਂ, ਭਤੀਜੇ ਆ ਘਰ 'ਚ ਪ੍ਰਧਾਨ ਬਣੇ ਰਹਿੰਦੇ ਨੇ। ਹਾਂ ਲਓ ਭੂਆ ਜੀ ਚਾਹ, ਨਾਲੇ ਮੈਂ ਕੌਲਾ ਚੱਕ ਲਈ, ਮੈਂ ਜਿਹੜੇ ਕਾਸੇ 'ਚ ਪੀਣੀ ਹੋਏ ਨਹੀਂ ਆਏ ਕਰ, ਆ ਕੌਲੇ ਨੂੰ ਤਾਂ ਮੇਰੇ ਸੱਚ ਮਾਰ ਚੱਕ ਕੇ। ਚੱਲ ਕੋਈ ਗੱਲ ਨਹੀਂ ਭੂਆ ਜੀ, ਤੁਸੀਂ ਗੁੱਸਾ ਨਾ ਕਰੋ, ਲੈ ਬਾਟੀ 'ਚ ਪੀ ਲਓ, ਆ ਲਓ ਵੀ ਚਾਹ ਪੀ ਲਓ। ਚਾਹ ਦੀ ਘੰਟੇ 'ਚ ਲਈ ਆ ਕਰਕੇ ਬਹੂ ਆ ਕੇ ਬਾਹਾ। ਚੱਲ ਕੋਈ ਗੱਲ ਨਹੀਂ ਭੂਆ ਜੀ, ਤੁਸੀਂ ਚਾਹ ਪੀਓ। ਕੋਈ ਗੱਲ ਨਹੀਂ ਬੀਬੀ, ਤੁਸੀਂ ਚਿੰਤਾ ਨਾ ਕਰੋ, ਆ ਜਾਣਗੇ ਤੁਹਾਡੇ ਭਤੀਜੇ, ਕੋਈ ਨਹੀਂ ਦੇ ਲਓ ਲਾਂਬਾ ਉਹਨਾਂ ਨੂੰ। ਹੋਰ ਲੈ, ਹੁਣ ਤੈਨੂੰ ਨਹੀਂ ਫੜਾ ਕੇ ਗਈ ਚਾਹ, ਅਸੀਂ ਤਾਂ ਹੁਣੇ ਪੀ ਕੇ ਹਟੇ ਸੀ ਭੂਆ ਜੀ। ਕੋਈ ਗੱਲ ਨਹੀਂ, ਤੁਸੀਂ ਪੀਓ ਆਰਾਮਦਾਰੀ ਨਾਲ ਚਾਹ। ਰੋਟੀ ਟੁੱਕਦਾ ਕਰ ਲੈ ਕੁੜੇ, ਐਂ ਬਹਿ ਗਈ ਮੰਜੇ 'ਤੇ ਚੜ੍ਹ ਕੇ। ਆਪਾਂ ਖਾ ਤਾਂ ਹਟੇ ਭਾਬੀ, ਤੁਸੀਂ ਖਾ ਲਓ, ਮੈਂ ਨਹੀਂ ਖਾਊਂਗੀ, ਮੈਨੂੰ ਭੁੱਖੇ ਖਾਊਂਗੇ ਹੁਣ। ਤੁਸੀਂ ਚਾਹ ਤਾਂ ਪੀਓ, ਅੰਦਰ ਬੈਠੋ ਭਾਬੀ, ਅੰਦਰ ਬਿਠਾਓ ਅਤੇ ਮੈਂ ਕਰ ਦਿੰਦੀ ਹਾਂ ਰੋਟੀ ਟੁੱਕ। ਮੈਂ ਕਿਹਾ ਚੱਲ ਹਜੇ ਚਾਹ ਪੀ। ਚੱਲ ਕੋਈ ਨਹੀਂ ਬਣਾ ਲੈਂਦੇ ਆਪਾਂ ਰੋਟੀ, ਸਬਜ਼ੀ ਤਾਂ ਬਣੀ ਪਈ ਹੈਗੀ, ਰੋਟੀ ਬਣਾ ਦਿੰਦੇ ਭੂਆ ਜੀ। ਕੋਈ ਗੱਲ ਨਹੀਂ, ਆਇਓ ਤੁਸੀਂ ਅੰਦਰ। ਚੱਲ ਮੈਂ ਤਾਂ ਚਾਹ ਵੀ ਅੰਦਰ ਹੀ ਪੀਊਂਗੀ ਹੁਣ। ਚੱਲ ਕੋਈ ਨਹੀਂ ਕੋਈ ਨਹੀਂ, ਲਿਓ ਮੈਂ ਚੱਕ ਲਿਆਉਣੀ ਝੋਲਾ ਤਾਂ ਤੁਹਾਡਾ। ਨਹੀਂ ਭਾਣੇ, ਮੈਂ ਤਾਂ ਆਪਦਾ ਆਪੇ ਚੱਕ ਲੂੰਗੀ, ਕੀ ਝੋਲੇ ਨੂੰ ਤੁਹਾਨੂੰ ਚੱਕਣ ਨੂੰ ਦੱਸੋ ਹੋਇਆ। ਫੋਨ ਕਿਹਦਾ ਮੁੰਡਾ ਭੁੱਲ ਗਿਆ ਕੋਈ? ਨਹੀਂ ਨਹੀਂ ਉਹ ਤਾਂ ਗਾਗਨ ਦੇ ਆਪਣੀ ਕੁੜੀ ਦੀ ਹੈ। ਲੋ ਅੱਗੇ ਅੱਗੇ ਫੋਨ ਰੱਖ ਦਿਓ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਕੰਮ ਕਰੂਗੀ ਉਹ ਕਰਦੇ ਆ ਕਿਆ, ਫੋਨ ਦੇਖੂਗੀ? ਉਹ ਕਈ ਵਾਰ ਯੂਟਿਊਬ ਖੋਲ ਕੇ ਕੋਈ ਸਟੋਰੀਆਂ ਸਟੂਰੀਆਂ ਦੇਖ ਲੈਂਦੀ। ਹੋਰ ਆਏ ਹੋਰ ਟੂਬ ਲੈ, ਮੈਂ ਮਰ ਗਿਆ, ਮੇਰੀਆਂ ਨੂੰ ਹੁਣ ਖਰੀਦ ਲਾ ਫੋਨ, ਜੇ ਹੱਥ ਨਾ ਤੋੜਦਾ ਇੱਕ ਪੈਸਾ ਕਿਹੜਾ ਖਰਚਣ ਦਿੰਦੀ ਆ ਮੈਂ ਉਹਨਾਂ ਨੂੰ, ਆਪਦੀਆਂ ਨੇ ਉਹ ਤਾਂ ਵਰਿੰਦਰ ਨੇ ਆਪੇ ਲਿਆ ਤਾ। ਉਹ ਗੱਲ ਹੈ ਭੈਣੇ, ਸੱਸ ਨੀ ਨਨਾਨ ਬੀਬੀ ਕੱਲੀ ਹੋਏ ਪ੍ਰਧਾਨ, ਇਹੋ ਮੇਰੇ ਛੜੇ ਜੇ ਭਤੀਜੇ ਤੇ ਨੂੰ ਆਈ ਜਾਂਦੀ ਉਹ ਵੀ ਪੁੱਤਾਂ। ਬੋਲਤਨ ਦਾ ਕਰਦੀ ਸੀ, ਇੱਕ ਨਵੀਂ ਨਮੂਨਾ ਕਿਧਰੋਂ ਭੂਆ ਜੀ ਹੋ ਜਾ, ਹੌਲੀ ਹੋ ਜਾ, ਹੁਣ ਸੁੱਤੀ ਪਈ ਆ ਮਾੜੀ ਜੀ, ਕਿਉਂ ਨੀ ਟਿਕਦੀ? ਇਹ ਤਾਂ ਉਹ ਸਾਰਾ ਆਰਡਰ ਮਾਰਨ ਲੱਗ ਗਈ, ਮੈਂ ਇੱਥੋਂ ਤਾਂ ਨਹੀਂ ਚੱਲੇ ਜਾਣੀ ਭਾਬੀ, ਬੂਹਾ ਤਾਂ ਨਵਾਂ ਸਿਆਪਾ ਪੈ ਗਿਆ। ਚੱਲ ਕੋਈ ਨੀ, ਹੁਣ ਅਗਲੀ ਨਵੀਂ ਆਈ ਹੈ ਜੀ, ਕੀ ਪਤਾ ਕਿਹੋ ਜਿਹਾ ਸਵਾਹ ਹੁੰਦਾ, ਆਪਦੇ ਸਿਰ 'ਚ ਜਿਹੜੀ ਨੇ ਕੌਲਾ ਮਾਰ ਲਿਆ ਸੀ, ਜੇ ਤੇਰੇ ਮਾਰਦੀ ਸਿਰ ਪਾੜ ਦਿੱਤੀ, ਚੁੱਪ ਕਰ ਜਿਆ ਕਰ। ਮੈਨੂੰ ਤਾਂ ਮੈਂਟਲ ਲੱਗਦੀ ਆ ਉਹ, ਚੁੱਪ ਕਰ ਜਿਆ, ਚੱਲ ਕੋਈ ਨੀ, ਐਂ ਨੀ ਕਹਿੰਦੇ ਹੁੰਦੇ। ਤਾਂ ਪਰ ਬੋਲਦੀ ਕਿੰਨਾ ਤੂੰ, ਕਿੰਨੇ ਨਖਰੇ ਅਨੁਸਾਰ ਉਹ ਹੋ, ਮੈਂ ਤਾਂ ਸਪਾ ਤਾ ਇਹਨੇ ਅੱਕ ਗਈ, ਮੈਂ ਤਾਂ ਇੱਥੋਂ। ਕੋਈ ਨੀ ਚੁੱਪ ਕਰ ਜਾ, ਉਹ ਨੀ ਤੇਰੇ ਜੇਠ ਆ ਗਿਆ, ਚੁੱਪ ਕਰ, ਚੁੰਡੀ ਮੇਰਾ ਸਿਰ ਤੇ ਇੱਥੋਂ ਗੇ ਤੂੰ ਉੱਠ ਗਿਆ ਜੀ। ਭਾਈ ਰੋਟੀ ਰੋਟੀ ਬਣ ਗਈ? ਰੋਟੀ ਤਾਂ ਬਾਈ ਬਣੀ ਪਈ ਆ, ਤੁਹਾਡੇ ਨਾ ਕੋਈ ਤੁਹਾਡੀ ਭੂਆ ਆ ਰਹੀ ਹੈਗੀ, ਉਧਰ ਕਮਰੇ 'ਚ ਪਈ ਆ। ਭੂਆ ਆਈ ਹੋਈ ਹੈ? ਹੁਣ ਇਹ ਤਾਂ ਤੁਹਾਨੂੰ ਪਤਾ ਹੀ ਹੈ ਵੀ ਕਿਹੜੀ ਤੁਹਾਡੀ ਭੂਆ ਹੋਊਗੀ, ਆਹੋ ਭੂਆ ਆਈ ਹੋਈ ਆ। ਠੀਕ ਹੈ, ਭੋਲੀ ਭੂਆ ਆਈ ਹੋਰ ਰਾਪ ਰਾਲੀ? ਹਾਂ ਹਾਂ ਉਹੀ ਆ, ਬਾਹਲਾ ਹੀ ਬੋਲਦੀ ਆ ਭਾਈ, ਗਗਨ ਨੂੰ ਤਾਂ ਉਦੋਂ ਦੀ ਲੱਗੀ ਆ ਐ ਬੋਲਣ, ਓਹੋ ਮਸਾਂ ਸੁੱਤੀ ਹੈਗੀ। ਅੱਛਾ ਸੌਂਗੀ, ਚੱਲ ਕੋਈ ਨੀ ਮੈਂ ਮਿਲਦਾ ਉਹਨੂੰ। ਠੀਕ ਹੈ, ਮਿਲ ਲੈ ਬਾਈ।
ਭੈਣੇ ਮਿਲ ਲਾ ਵਧੀਆ ਹੋਇਆ ਆ ਗਿਆ ਬਿੰਦ ਝੱਟ ਉਹਦੇ ਕੋਲੇ ਬਹਿ ਜੂ ਨਹੀਂ ਖਣੀ ਆਪਾਂ ਨੂੰ ਕੀ ਕੀ ਕੁਛ ਬੋਲਦੀ ਭਾਬੀ ਤੈਨੂੰ ਬੋਲਦੀ ਸੀ ਤਾਂ ਮੈਥੋਂ ਨੀ ਜਰਹਿ ਜਾਂਦਾ ਐ ਬੋਲਦੀ ਆ ਚੱਲ ਕੋਈ ਨੀ ਤਾਂ ਹੀ ਤਾਂ ਤੈਨੂੰ ਕਹਿਣੀ ਐ ਵੀ ਚੁੱਪ ਕਰ ਚ ਚੱਲ ਕੋਈ ਨੀ ਆ ਜਾ ਕੋਈ ਕਰਕੇ ਕੰਮ ਤੈਨੂੰ ਪਤਾ ਫੇਰ ਬੈਠੀਆਂ ਦੇਖ ਕੇ ਲੱਗ ਰੋਟੀ ਬਣੀ ਪਈ ਆ ਹੁਣ ਚੱਲ ਕੋਈ ਚੁੱਪ ਕਰ ਚ ਚੁੱਪ ਕਰ ਚ ਆ ਚੱਲ ਆ ਜਾ ਪੈਰੀ ਪੈਣਾ ਪੁਆ ਹੋਰ ਠੀਕ ਹੈ ਆ ਠੀਕ ਹੈ ਪੁੱਤ ਜਦ ਹਾਈਵੇ ਦਾਦੇ ਮੰਗਾਉਣੇ ਹੋ ਤੁਸੀਂ ਵਿਆਹ ਕਰ ਲਿਆ ਮੈਨੂੰ ਬੁਲਾਇਆ ਹੀ ਨਹੀਂ ਉਹ ਤੈਨੂੰ ਕਿਉਂ ਨਹੀਂ ਬੁਲਾਉਂਦੇ ਸੀ ਭੂਆ ਇਹ ਤਾਂ ਤੁਰਤ ਬੁਰਤ ਕੰਮ ਹੋ ਗਿਆ ਹੁਣ ਸਾਨੂੰ ਵੀ ਨਹੀਂ ਪਤਾ ਲੱਗਿਆ ਤਾਂ ਕੀ ਬਣ ਗਈ ਗੱਲ ਤੁਰਤ ਹੋ ਗਿਆ ਸੀ ਫੋਨ ਤਾਂ ਕਰ ਸਕਦੇ ਸੀ ਫੋਨ ਤਾਂ ਕਰ ਸਕਦੇ ਤੈਨੂੰ ਪਤਾ ਮੈਂ ਤਾਂ ਅਨਪੜ ਬੰਦਾ ਉਹਦਾ ਫੋਨ ਬ੍ਰਿੰਦਰ ਨੇ ਕਰਨਾ ਸੀਗਾ ਉਹਨੇ ਕੀਤਾ ਹੀ ਨਹੀਂ ਫੋਨ ਤੈਨੂੰ ਹੋਰ ਸੁਣਾ ਤੂੰ ਕਿਵੇਂ ਆ ਪਿੰਡ ਸਾਰੇ ਠੀਕ ਸੀ ਹਾਂ ਠੀਕ ਹੈ ਸਾਰੇ ਇਹ ਤਾਂ ਪਤਾ ਕੀ ਗੱਲ ਹੋਈ ਆਪਣੇ ਪਿੰਡ ਵਾਲਾ ਵਿਕਰ ਨਹੀਂ ਵਿਚੋਲਾ ਜਿਹੜਾ ਉਹਦੇ ਮੁੰਡੇ ਨੇ ਰਿਸ਼ਤਾ ਕਰਾਤਾ ਮੈਂ ਉਹਨੂੰ ਕਹਿ ਬੈਠਾ ਮੜਾ ਜਾ ਉਹ ਕਹਿੰਦਾ ਚੱਲ ਮੈਂ ਤੈਨੂੰ ਕੁੜੀ ਦਿਖਾ ਦਿੰਦਾ ਹੈਗਾ ਤੇ ਜਦ ਤੈਨੂੰ ਪਤਾ ਦੇਖ ਹੁਣ ਅਸੀਂ ਦੋਨੇ ਜਿਹੜੇ ਔਖੇ ਹੁੰਦੇ ਸੀ ਤੇ ਕਦੇ ਮਾਇਆ ਰੋਟੀਆਂ ਪਕਾਉਂਦਾ ਸੀ ਕਦੇ ਬ੍ਰਿੰਦਰ ਪਕਾਉਂਦਾ ਸੀਗਾ ਉਹ ਕਹਿੰਦਾ ਚੱਲ ਭਾਈ ਇਹ ਚੱਲ ਕੱਲੀਆਂ ਦੋਨੇ ਨੰਦ ਭਰਜਾਈਆਂ ਰਹਿੰਦੀਆਂ ਸੀ ਤੇ ਉਹ ਕਹਿੰਦੀ ਭਾਈ ਚੁੰਨੀ ਚੜਾਵੇ ਕਰਤਾ ਫਿਰ ਇਹਨਾਂ ਨੇ ਚੱਲ ਉਹ ਤਾਂ ਠੀਕ ਹੋਇਆ ਬੜਾ ਖਰਚ ਕਰਕੇ ਵੀ ਕੀ ਕਰਨਾ ਸੀ ਗੱਲ ਕਰ ਮੈਨੂੰ ਤਾਂ ਐ ਘਰੇ ਸੱਦ ਲਾਦੇ ਕੋਈ ਮੱਤੀ ਦਿੰਦੀ ਹਾਂ ਇਹ ਤਾਂ ਗੱਲ ਹੈਗੀ ਹੈ ਤੇ ਅਗਰ ਘਰੇ ਬੁੜੀ ਹੋਵੇ ਸੋ ਅੱਜ ਕੱਲ ਨਵੀਆਂ ਬਹੁਆ ਕੋਲੇ ਸੋ ਗੱਲਾਂ ਹੁੰਦੀਆਂ ਨੇ ਤੈਨੂੰ ਨਹੀਂ ਪਤਾ ਅੱਜ ਕੱਲ ਜਵਾਨਾ ਬਹੁਤ ਮਾੜਾ ਇਹ ਤਾਂ ਠੀਕ ਹੈ ਗੱਲ ਬੂਆ ਤੂੰ ਐ ਦੱਸ ਤੈਨੂੰ ਤਾਂ ਰੋਟੀ ਟੁੱਕ ਚੰਗਾ ਦਿੰਦੀ ਹੈ ਹਾਂ ਹਾਂ ਉਹ ਤਾਂ ਹੈ ਸਿਆਣੀ ਬੂਆ ਇਹ ਗੱਲ ਨਹੀਂ ਹੈਗੀ ਵੀ ਕੋਈ ਨਹੀਂ ਵਧੀਆ ਸਿਆਣੀ ਹੈ ਵਿਚਾਰੀ ਚੱਲ ਚੰਗਾ ਚੰਗਾ ਨਰਵਾ ਹੋ ਜੂ ਹੈਗੇ ਉਹ ਮੈਂ ਤੈਨੂੰ ਇੱਕ ਗੱਲ ਕਹਿੰਦੀ ਹੈ ਹਾਂ ਬੂਆ ਤੋਂ ਦੀ ਭਰਜਾਈ ਉਹਦਾ ਭਰਾ ਤਾਂ ਹੈ ਮੈਂ ਕਹਿੰਦੀ ਤੇਰਾ ਤਾਂ ਭਾਵੇਂ ਵਿੱਚੀ ਬਾਤਾਂ ਨੇ ਉਹ ਨਾ ਨਾ ਬੂਆ ਪਤਾ ਤੈਨੂੰ ਪਤਾ ਕੀ ਕਰਨਾ ਇਹ ਜਦੋਂ ਹੁਣ ਉਮਰ ਹੀ ਲੰਘੀ ਹੁਣ ਨਹੀਂ ਆਪਾਂ ਇਹ ਜੀਆਂ ਗੱਲਾਂ ਕਰਦੇ ਹੋਰ ਫੇਰ ਕੀ ਹੁੰਦਾ ਇਹਨਾਂ ਦੀਆਂ ਗੱਲਾਂ ਨੂੰ ਵੇ ਨਹੀਂ 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 ਆਪਾਂ ਨਾਲੇ ਉਹ ਵੀ ਤੈਨੂੰ ਕਿੰਨਾ ਚਿਰ ਰੋਟੀ ਦੇਊਗੀ ਚੱਲ ਕੋਈ ਨਹੀਂ ਬਾਕੀ ਫਿਰ ਮੇਰੀ ਕਿਸਮਤ ਦਾ ਬੂਆ ਕੋਈ ਨਹੀਂ ਦੇਖੀ ਜਾਊਗੀ ਜਿਵੇਂ ਮੇਰੇ ਨਾਲ ਹੋਊਗੀ ਹੋਰ ਸੁਣਾ ਤੂੰ ਕਿ ਮੈਂ ਰੋਟੀ ਰੋਟੀ ਖਾ ਲਈ ਤੈਂ ਰੋਟੀ ਤਾਂ ਕਿੱਥੋਂ ਖਾ ਲਈ ਹਲੇ ਚਾਹ ਪੀ ਲਈ ਚੱਲ ਮੈਂ ਪਕਵਾਉਣਾ ਉਹਨੂੰ ਕਹਿ ਕੇ ਫਿਰ ਲੈ ਸਾਰੀ ਉਮਰ ਤਾਂ ਹੱਥ ਸਾੜੇ ਰੇ ਆਪੇ ਲਿਆਉਗੀ ਰੋਟੀ ਤਾਂ ਕੀ ਲੈਣਾ ਹੋਰ ਸੁਣਾ ਕੋਈ ਗੱਲਬਾਤ ਪਿੰਡ ਦੀ ਨਵੀਂ ਤਾਜ਼ੀ ਕੋਈ ਵਧੀਆ ਤੂੰ ਸੁਣਾ ਬੂਆ ਬਸ ਸਾਰਾ ਠੀਕ ਨੇ ਇੱਥੇ ਨਾ ਚੱਲ ਵਧੀਆ ਹੋ ਗਿਆ ਤੂੰ ਆ ਗਈ ਚੱਲ ਅਸੀਂ ਤਾਂ ਤੈਨੂੰ ਫੋਨ ਨਹੀਂ ਕਰ ਸਕਦੇ ਕਰੇ ਕਰਿਆ ਤੇ ਭੁੱਲ ਗਏ ਸੀ ਤਾਂ ਤੈਨੂੰ ਪਤਾ ਹੁਣ ਕੰਮਾਂ ਕਰਾਂ ਜੀ ਫਿਰਦੇ ਰਹਿੰਦੇ ਹੋਰ ਭਾਈ ਉਹੀ ਗੱਲ ਕਿ ਧੀ ਬਿਸਤਰੀ ਭੂਆ ਕਿਹਦੇ ਯਾਦ ਹੈ ਉਹ ਗੱਲ ਹੈ ਤੇ ਉਹ ਪਖਾਣੇ ਵਾਲੀ ਚੱਲ ਗਲਤੀ ਹੋ ਗਈ ਭੂਆ ਮੈਂ ਇੱਥੋਂ ਮੈਂ ਮਾਫੀ ਮੰਗਦਾ ਤੈਥੋਂ ਤੈਨੂੰ ਸੱਦ ਨਹੀਂ ਸਕੇ ਹੋਰ ਸੱਦਣਾ ਤਾਂ ਸੀਗਾ ਹੀ ਇਹ ਤਾਂ ਸਾਡੀ ਗਲਤੀ ਹੈ ਬਹੁਤ ਵੱਡੀ ਮੈਂ ਤਾਂ ਫਿਰ ਹੁਣ ਤੈਨੂੰ ਪਤਾ ਕੰਮ ਕਾਰ ਚੋਂ ਉਲਝ ਗਿਆ ਤੇ ਚੱਲ ਵਰਿੰਦਰ ਤੈਨੂੰ ਪਤਾ ਫਿਰ ਅੱਜ ਕੱਲ੍ਹ ਦਾ ਤੈਨੂੰ ਪਤਾ ਨਵਾਂ ਮੁੰਡਾ ਹੈਗਾ ਉਹਨੇ ਆਪਦੀਆਂ ਤਿਆਰੀਆਂ ਤੁਰੀਆਂ ਚ ਟਾਈਮ ਲਗਾਤਾ ਪਤਾ ਇੰਨੇ ਨੂੰ ਚੱਲ ਆਏ ਹੋ ਗਿਆ ਫਿਰ ਸਾਨੂੰ ਆਏ ਸੀ ਚੱਲ ਬਾਅਦ ਚ ਪਾਲਟੀ ਪੁਲਟੀ ਦੇਵਾਂਗੇ ਬਾਅਦ ਚ ਵੀ ਚੱਲ ਵਿੱਚ ਹੀ ਲੰਘ ਲਊਗੀ ਗੱਲ ਚੱਲ ਹੁਣ ਦੋਨੇ ਭਰਾ ਸਿਆੜੇ ਬਣ ਕੇ ਰਹੋ ਰੋਟੀ ਰੋਟੀ ਬਣਾਉਣੀ ਤੇਰੇ ਖਾਤਰ ਤੂੰ ਕਰ ਲੈ ਰਾਮ ਚੰਗਾ ਧੀ ਜੰਮੀ ਭੈਣ ਬਿਸਰੀ ਭੂਆ ਕਿਹਦੇ ਯਾਦ ਉਹ ਗੱਲ ਹੈ ਮੁੰਡੇ ਤਾਂ ਭੁੱਲ ਹੀ ਗਏ ਭੂਆ ਨੂੰ ਚੱਲ ਮਨ ਮਰਜ਼ੀ ਇਹਨਾਂ ਦੀ ਇਹ ਭੂਆ ਅਸੀਂ ਤਾਂ ਨਾ ਸੀਰੀਅਲ ਦੇਖੀ ਜਾਂਦੀਆਂ ਰੋਜ਼ ਹੀ ਦੇਖਦੇ ਹਾਂ ਇਹ ਕੀ ਹੁੰਦਾ ਹੈ ਲੈ ਦੱਸ ਦੇ ਭਾਬੀ ਕੀ ਹੁੰਦਾ ਇਹਨੂੰ ਹੁਣ ਕੰਮ ਕਰ ਲੋ ਐਡੇ ਮੱਥਾ ਮਾਰੀ ਜਾਂਦੀ ਨੂੰ ਕੰਮ ਥੋੜਾ ਪਿਓ ਕਰੂਗਾ ਚੰਗਾ ਭੂਆ ਜੀ ਬਹੁਤ ਹੋ ਗਿਆ ਨਾਲੇ ਮੈਨੂੰ ਜੋ ਕੁਛ ਮਰਜ਼ੀ ਕਹਿ ਦਿਆ ਕਰੋ ਮੇਰੀ ਭਾਬੀ ਨਾ ਕੁਛ ਵੀ ਕਿਹਾ ਕਰੋ ਨੀ ਮੈਂ ਤਾਂ ਜਿਹੜੀ ਗੱਲ ਹੈਗੀ ਆ ਵੀਰੇ ਮੂੰਹ ਤੇ ਕਹਿ ਦੇਣੀ ਸੱਚੀ ਲੱਗਦੀ ਨੇ ਤੈਨੂੰ ਮਿਰਚਾਂ ਨਾਲੇ ਤੇਰੀ ਭਰਜਾਈ ਨੂੰ ਲੱਗੀ ਯਾਰ ਮੈਨੂੰ ਕੀ ਆ ਹਾਲ ਕਰਦੀਆਂ ਨੇ ਭਰਜਾਈ ਨੂੰ ਨਾ ਕਹਿ ਇਹਦੀ ਨੂੰ ਕੱਲ ਨੂੰ ਤੂੰ ਮੈਨੂੰ ਕਹੇਗੀ ਮੈਨੂੰ ਨਾ ਕੁਛ ਕਹਿ ਆਉ ਮੈਂ ਤਾਂ ਇਹਨੂੰ ਜ਼ਿਕਰੂ ਕਹਿਨੀ ਆ ਮੈਂ ਨਹੀਂ ਕਿਸੇ ਤਾਂ ਕਰਦੀ ਡਰਦੀ ਹਸ਼ੀਗਾ ਬੂਆ ਤੇਰੀ ਬੰਨ ਸਤਿ ਸ੍ਰੀ ਅਕਾਲ ਵੇ ਤੂੰ ਮੇਰੀ ਗੱਲ ਸੁਣ ਤੂੰ ਵਿਆਹ ਹੀ ਨਹੀਂ ਸੱਦਿਆ ਮੈਨੂੰ ਆਪ ਹੀ ਕਰਾ ਕੇ ਬਹਿ ਗਿਆ ਕੱਲਾ ਉਹ ਬੂਆ ਬਸ ਬਾਈ ਨੇ ਕਹਿਤਾ ਤੇ ਜਲਦੀ ਜਲਦੀ ਤੇ ਕਾਲੀ ਕਾਲੀ ਚ ਕਰਾ ਲੈ ਬੂਆ ਹੋਰ ਤੂੰ ਦੱਸੇ ਹੀ ਨਹੀਂ ਕਦੋਂ ਆਇਆ ਤੁਸੀਂ ਦੋਨੇ ਭਰਾ ਕੀ ਮੇਰੇ ਨਾਲ ਉੱਚਪਣਾ ਜਾਂ ਕਰੀ ਜਾਂਦੇ ਹੋ ਹੈ
मैं अनपढ़ पढ़िया लिखा सी मैं वह फोन कर देता तू कहना वह नहीं करता तुसी तो भाई बस ओही गल सारी गल बस ओही कर दियो चल कोई ना भूआ हुण बोल बोल कर कर सिट दियो मैं तो भूआ देता नह च पईआं ने नह च सारियां गल्लां भूआ नहीं किसे तो डरदी ना डरे चल भूआ कोई ना हुण पा दे सलामी क्या हुण कद पा दा टुट पैणा उदो मैं आउंदी सोहना सूट लेके जांदी मिठाई लेके जांदी आ लो जी पानी पी लो बह जा भाभी तू कातों खड़ के बह जांदी मंजे ते लै भरजाई क्यों बजे तू बजे ना बजे कम ना करे कोई नाले पुआ मैं नौकरी मिल गई सी दो महीने हो गए बे तू केड़ा पुआ नु डब्बा लेके गया सी नौकरी मिली दा मैनू की पता तेरी नौकरी दा मैं तक 10 रुपए नहीं देके आए तुसी ब्याह तुसी नहीं सद्या मैनू कल्ले कल्ले ने करा लिया पुआ हुण कोई ना महीना रह के जाई मैं तो महीना के मैं तो दो महीने रह के जाऊं मेरे भरा दा घर है तुसी कौन हुन्ने ओ पुआ चाहे तीन महीने रह जाए गुस्सा कानू कर दी हाय वे तू मैं तेन ऐ गल दस दी आ इन्हों एडे एडे छित्र दे रखे ने फोन वाले की होंगे ने सारा दिन बैठिया देखी जाते ने कोई कम धंधा कर ले अजकल फोन देख देख के गल्लां सुनदे मैं तो अखबार टीविया च गल्लां सुन दी जवाकों तो सुन लेनी आ देख देख के फ्रू हो जांदियां ने अजकल रिवाज है मोबाइल कहते ने बेटे क्या रिवाज दा एक ही रिवाज टट्टू दा है रिवाज रिवाज ही सारा घर पटलिया करवादा ना 20,000 ਉਹਨਾਂ ਤੇ ਲਾਉਨੇ ਹੋ ਨਾ ਪੈਸੇ ਪਵਾਉਨੇ ਹੋ ਨਾਲੇ ਘਰੋਂ ਗੁੱਗਾ ਪਜਾਉਨੇ ਹੋ ਕਹੇ ਜਾ ਰਹੇ ਚੱਲ ਚੰਗਾ ਭੂਆ ਮੈਂ ਰੋਟੀ ਖਾ ਲਾਂ ਤੇ ਭੂਆ ਜੀ ਝੋੜਾ ਜੇ ਮੈਨੂੰ ਫੜਾ ਦੋ ਮੈਂ ਨਾ ਟਰੰਕ 'ਚ ਸਾਂਭ ਦਿੰਨੀ ਆ ਲੈ ਤੁਸੀਂ ਮੇਰੇ ਝੋਲੇ 'ਚ ਲੱਗੀਆਂ ਨਹੀਂ ਨੇ ਮੈਂ ਤਾਂ ਤੁਸੀਂ ਚੋਰਨੀਆਂ ਜੇ ਲੱਗਦੀ ਹੋ ਲੈ ਮੈਂ ਤਾਂ ਕਹਿਤਾ ਸੀ ਭਾਬੀ ਮਾਂ ਚੱਲ ਸਾਂਭ ਦਿੰਨੀ ਆ ਕੋਈ ਚੀਜ਼ ਹੋਊਗੀ ਇਹਦੇ ਵਿੱਚ ਜਿਹੜਾ ਵਾਰੀ ਵਾਰੀ ਲਈ ਤੁਰੀ ਫਿਰਦੀ ਆ ਮੈਂ ਕੀ ਕਹਿਤਾ ਤੈਨੂੰ ਕੀ ਸਮਝਣ ਨੂੰ ਮੈਂ ਹੈਗਾ ਮੈਂ ਆਪੇ ਸਮਝ ਜੰਨੀ ਆਪਦਾ ਬੈਠੀ ਤੂੰ ਦੱਸ ਕੀ ਕਰਾਉਣਾ ਮੇਰੇ ਝੋਲੇ ਤੋਂ ਹੈ ਦੱਸੀ ਮੈਂ ਤਾਂ ਕੁਛ ਨਹੀਂ ਕਰਾਉਣਾ ਬਾਬਾ ਚੱਲ ਕੋਈ ਨਹੀਂ ਕਿਸੇ ਬੰਦੇ ਦਾ ਨਾ ਸੁਭਾਅ ਉਹੋ ਜਿਹਾ ਹੁੰਦਾ ਇਹ ਨਹੀਂ ਬੋਲਦੇ ਹੁੰਦੇ ਕੋਈ ਗੱਲ ਨਹੀਂ ਚੱਲ ਕਿਵੇਂ ਬੋਲਦੀ ਹੈ ਨਹੀਂ ਇਹ ਚੱਲ ਕੋਈ ਗੱਲ ਨਹੀਂ ਬੀਬੀ ਜੀ ਨਿਆਣੀ ਭੂਤ ਨਹੀਂ ਸਿਵਿਆਂ ਚੱਤ ਦੇਖ ਮੈਨੂੰ ਡਰਾਉਂਦੀ ਹੈ ਮੈਂ ਤਾਂ ਵੱਡੇ ਵੱਡਿਆਂ ਤੋਂ ਨਹੀਂ ਡਰਦੀ ਤੂੰ ਡਰਾ ਲੇਂਗੀ ਮੈਨੂੰ ਮੈਂ ਤਾਂ ਤੇਰਾ ਫੁੱਫੜ ਉਹ ਕਰਦਾ ਹੁੰਦਾ ਦਾਰੂ ਪੀਂਦਾ ਹੁੰਦਾ ਮੈਂ ਤਾਂ ਦੋ ਚਾਰ ਸੋਟੇ ਜੇ ਲਾਈ ਦਿੱਤੀ ਸੀ ਉਹਦੇ ਪੀਤੀ 'ਚ ਹਾਂ ਤੂੰ ਕੀ ਮੈਨੂੰ ਡਰਾ ਦੇਗੀ गगन नू पुछ ला जेड़ा कोई सौदा पत्ता मुक्या पै लिया दूंगा मैं हां भाई मैं पुछ लेना उनू गगन हां जी इत्थे आई गगन नू की पुछना तू अपनी मर्जी दा लिया हां जी दसो ਬਾਈ ਜਾਂਦਾ ਸੀਗਾ ਬਾਜ਼ਾਰ 'ਚ ਤੇ ਸੌਦਾ ਲਿਖਾ ਦੇ ਜਿਹੜਾ ਤੂੰ ਲੈ ਕੇ ਆਇਆ ਨਾ ਬਾਈ ਸੌਦਾ ਸਾਰਾ ਹੀ ਮੁੱਕਿਆ ਪਿਆ ਤੇ ਅੱਗੇ ਅੰਗੂਆ ਸਾਰਾ ਸੌਦਾ ਹੀ ਲਿਆਈ ਤੇ ਨਾਲੇ ਸੱਚ ਐਸ ਕਿ ਮੈਨੂੰ ਨਾਲੇ ਮੈਗੀ ਲਿਆ ਦੀ ਨਾਲੇ ਮਕਰੋਨੀ ਮੈਂ ਨਾ ਦੁਪਹਿਰੇ ਬਣਾ ਕੇ ਖਾ ਲੈਣੀ ਹੁੰਦੀ ਫਿਰ ਮੈਂ ਦੁਪਹਿਰੇ ਵੀ ਨਹੀਂ ਖਾ ਲੈ ਲੈਣੀ ਹੈ ਕੀ ਹੁੰਦੀ ਹੈ ਨੀ ਮੈਗੀ ਮੁਗੀ ਜੀ ਚੱਲ ਜੀ ਮੈਂ ਨਹੀਂ ਮੰਗਾਉਂਦੀ ਜੀ ਫਿਰ ਨਹੀਂ ਨਹੀਂ ਕੋਈ ਨਹੀਂ ਭਾਈ ਲਿਆ ਦੇ ਕੋਈ ਨਹੀਂ ਜਿਹੜੀ ਚੀਜ਼ ਲਿਆਉਣੀ ਹੈ ਦੱਸ ਦਿਓ ਮੈਂ ਤੇਰਾ ਮੂਹਰੇ ਰਹਿੰਦੀਆਂ ਨੇ ਕੰਮ ਨਾ ਹੋਵੇ ਖਾਣ ਨੂੰ ਹੋਵੇ ਉਹ ਕੀ ਹੁੰਦਾ ਵੇ ਮੇਰੇ ਪੋਤੇ ਪੋਤੀਆਂ ਬਣਾਉਂਦੇ ਨੇ ਨੂੰ ਜਾ ਪਾ ਕੇ ਹੈ ਤੂੰ ਚੱਜ ਦੀਆਂ ਘਰੇ ਜਿਹੜੀਆਂ ਸੇਵੀਆਂ ਪੱਟੀਆਂ ਹੁੰਦੀਆਂ ਨੇ ਉਹ ਬਣਾ ਲਿਆ ਕਰ ਚੰਗਾ ਘਿਓ ਪਾ ਚੰਗਾ ਦੁੱਧ ਪਾ ਮੀਗੀ ਲਿਆਦੀ ਫਲਾਉਣੀ ਲਿਆਦੀ ਉਹ ਭੂਆ ਉਹ ਕਿੱਥੇ ਖਾਂਦੀਆਂ ਇਹਨਾਂ ਦੇ ਕਿੱਥੇ ਹਜਮ ਹੁੰਦੀਆਂ ਨੇ ਉਹ ਭੂਆ ਬਸ ਉਹ ਨਮਕੀਨ ਮੈਗੀ ਹੁੰਦੀ ਆ ਹੋਰ ਕੀ ਖਾਈ ਜਾ ਨੂਣ ਹੋਰ ਕੀ ਹੈ ਚੱਲ ਕੋਈ ਨਾ ਭੂਆ ਲੈ ਆਉਣ ਦੇ ਲਿਆਊਗਾ ਨਾ ਮੇਰੀ ਗੱਲ ਸੁਣ ਤੂੰ ਆਪਦੇ ਹਿਸਾਬ ਨਾਲ ਆਪਦਾ ਸਮਾਨ ਆਪ ਹੀ ਲਿਆ ਕਰ ਪੁੱਛਣ ਨੂੰ ਉਹ ਬਾਹਲੀ ਵੱਡੀ ਉਹ ਹੈ ਦਾਦੀ ਹੈ ਤੈਨੂੰ ਨਹੀਂ ਪਤਾ ਚੰਗਾ ਮੈਂ ਆਜੂ ਦੁਪਹਿਰ ਨੂੰ ਚੰਗਾ ਖਿਆਲ ਰੱਖੀ ਤੂੰ ਪੂਰੇ ਤੁਸੀਂ ਕੱਪੜੇ ਚੇਂਜ ਕਰ ਲੈਂਦੇ ਕੀ ਕਰ ਲੈਂਦੀ ਪੂਰੇ ਕੀ ਹੁੰਦਾ ਮੈਂ ਕਿਹਾ ਕੱਪੜੇ ਬਦਲ ਲੈਂਦੇ ਤੁਸੀਂ ਕਿਆ ਬਦਲ ਨੂੰ ਕੀ ਹੋਇਆ
मैं कपड़े धोती सी ना मैं मैं थोड़े भी ना तुसी आप दी धो लो तुसी घसाई जाओ साबण सोडे जेड़े घसाउणे नेगे पा के तड़की सुट दो ने मेलना बन गया आनंद भरजाई इत्थे कोई आऊगा किनू दिखाउणे ने तुसी कम दा सुथा हुंदा नहीं दो पैसिआं दा नहीं नहीं भूआ जी तो कपड़े तो फिर बदल नहीं होंगे रोज समैल आने लग जाती है फिर समैल आने लग जाए पसीना थोनू आँगी सू कोई समैला नहीं आदि मैं तो चार पाँच रिश्तेदारियों से जाऊँगी ता धोऊंगी मैं रंग तो नहीं फिट करना आपके सूट का चल कोई गल नहीं मैं तो मैं चल मैं कपड़े पाने मशीन च पा ना ना मैं नहीं मशीन मशून च धोंगी आपके कपड़े मैं तो आपके हथा धोऊंगी सोहने समार समार के तुझ तो कबल झोल जा कर दानी बिची बंदियां दे कपड़े धो दानी बिची बुड़ियां दे कपड़े पा दानी उन्हां विच अगे तक ना सहुरे दे कोई पल्ला भी नहीं लाउंदा सी तुसी हुण कपड़े धो धो सिटी जानी हो बिची चलो कोई नहीं इत्थे कहणा तेरा गगन ते सहुरा हैगा कोई गल नहीं जे सहुरा नहीं जेठ तां हैगा वो तो ठीक है भूआ जी फिर भी कपड़े तो गगन अड अड धोंदी है वरिंदर दे ते उहदे विजियां दे विच ही पाउंदी है कपड़े ते अड धोंदी आ दे ना बस तुसी आप दी धो लो मैं तां जदों धोणे होणगे आपे धो लवां रब ने हत्थ दित्ते होए ने कदों आई सी भूआ तू तो कल आई सी भेने अच्छा चल वधिया हो गया आगी चार दिन ला जाएंगी चार क्यों मतलब दो महीने ला के जाऊं तू कहता चार दिन ला जाएंगी तेरा आपका घर भूआ बड़ा तीन महीने ला जा ना फिर थोड़ा चोशे मोशे ये नहीं होंगे ना भूआ बैठे तो ले तुसी मारो गल्ला मैं चाह बनवाउनी होर भूआ तेरी भतीन उहना सुभा तो वधिया हाँ वधिया ही है तेरे वर्गी हैगी है तेज बहुत ਲੈ ਭੂਆ ਤੇ ਇਹਨੂੰ ਦੱਸ ਮੈਂ ਕੀ ਕਹਿਦਾ ਤੇਰੀ ਮਜ਼ਾਕ ਕਰਨ ਦੀ ਆਦਤ ਗਈ ਨਹੀਂ ਭੂਆ ਇਹ ਤਾਂ ਮਜ਼ਾਕ ਵਾਲੀ ਕੀ ਗੱਲ ਹੈ ਸਹੀ ਕਹਿਣੀ ਹੈ ਮੈਂ ਤਾਂ ਅਗਲੇ ਦੇ ਗੱਲ ਹੈ ਜਿਹੜੀ ਮੂੰਹ ਤੇ ਕਹਿ ਦੇਣੀ ਹੈ ਲੈ ਦੀਦੀ ਪਾਣੀ ਪੀ ਤੇਰੇ ਵਰਗੀ ਚਲਾਕੋ ਜੀ ਚੱਲ ਹੋਰ ਦੱਸ ਭੂਆ ਹੋਰ ਬਸ ਠੀਕ ਠਾਕ ਹੈ ਹੈ ਕੁੜੇ ਵਿਚੋਲ ਬਣੇ ਦਾ ਕੀ ਲੈ ਲਿਆ ਸੀ ਫਿਰ ਤੂੰ ਕਾਣੂ ਭੂਆ ਚੂੜੀ ਪਾਈ ਸੀਗੀ ਮੈਨੂੰ ਤਾਂ ਉਹ ਚੂੜੀ ਨਹੀਂ ਮੈਂ ਮਰ ਜਾ ਹਾਏ ਫਿਰ ਐ ਸਿਆਣੇ ਬੰਦੇ ਬਣਾ ਖੈ ਕਰੇ गुस्सा गस्सा मैं कोई नहीं कर दी हुण मेरे दूजे भतीजे नूं भी इसे च डंग ला दे उहनूं भी करा दे रिश्ता कोई चल कोई नहीं भूआ मैं वेख लूंगी वैसे तो तू गगन नूं पुछ ली तेरी भतीजे नूं उहदे हथ च हैगा रिश्ता अज चुगलियां गगने गगनी गिदड़ा का गूं पहाड़ी चढ़ा रखे गगनी गगनी ਹਾਂਜੀ ਸਤਿ ਸ੍ਰੀ ਅਕਾਲ ਬੀਬੀ ਸੱਚਾ ਝੋਲਾ ਤਾਂ ਧਰ ਦੇ ਕਿ ਮੇਰਾ ਝੋਲਾ ਤੁਹਾਨੂੰ ਕੀ ਕਹਿੰਦਾ ਹੈ ਅੱਛਾ ਹੁਣੇ ਹੁਣੇ ਤੁਸੀਂ ਸਾਡੀ ਵੀਡੀਓ ਦੇਖ ਕੇ ਹਟੇ ਹੋ ਵੀਡੀਓ ਕਿਵੇਂ ਲੱਗੀ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਜੇ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਜਿਹੜੇ ਦੋਸਤਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਨਾਲ ਦਿੱਤੀ ਬੈਲ ਜ਼ਰੂਰ ਦਬਾ ਲਿਆ ਕਰੋ ਤਾਂ ਜੋ ਆਉਣ ਵਾਲੀਆਂ ਵਧੀਆ ਵਧੀਆ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਢਿੱਲੋ अमन ढिलों ना ते फेसबुक ते इंस्टाग्राम आईडी बना ली है जिन्हों सारे दोस्त फॉलो जरूर कर लैन धन्यवाद दोस्तों सत श्री अकाल